ਜੇ ਗੋਲਣਾ ਹੋਵੇ ਤਾਂ ਉਸੇ ਕੋਲ ਲਫ਼ਜ਼ੀ ਜਿਹੜਾ ਮੁਹੰਮਦ ਦਾ ਦੁਸ਼ਮਣ ਹੋ ਸਕਦਾ। ਰਸੂਲ ਦੇ ਸੱਜਣ ਦੇ ਅੰਦਰ ਝੂਠ ਕਦੇ ਨਹੀਂ ਪਹੁੰਚ ਸਕਦਾ। ਤਾਂ ਅੱਲਾਹ ਫਰਮਾਉਂਦਾ ਯਾ ਅਯੂਹ ਅਲਲਜ਼ੀਨਾ ਆਮਨੂ ਤਕੁੱਲਾ ਵਕੂਨੂ ਮਾ ਸਾਦਿਕੀਨ, ਓ ਇਮਾਨਦਾਰੋ ਅੱਲਾਹ ਦੇ ਅਜ਼ਾਬ ਤੋਂ ਬਚੋ। ਅੱਲਾਹ ਕਿਵੇਂ ਬਚਾਂ? ਅਕੇ ਕੂਨੂ ਮਾ ਸਾਦਿਕੀਨ, ਸੱਚਿਆਂ ਦੇ ਰੱਲੇ ਰਲ ਵੰਨੋ ਮੇਰੇ ਅਜ਼ਾਬ ਤੋਂ ਬਚੋ। ਯਾ ਮੁਤਤਕੀ ਬਣੋ, ਜੇ ਮੁਤਤਕੀ ਨਹੀਂ ਬਣ ਸਕਦੇ ਤਾਂ ਬੋਲੋ ਜਿੱਥੇ ਤੁਹਾਨੂੰ ਸੱਚ ਮਾਲੂਮ ਹੋਵੇ, ਸੱਚ ਦੀ ਤਲਾਸ਼ ਕਰੋ। ਜੇ ਮੁਤਤਕੀ ਨਹੀਂ ਬਣ ਸਕਦੇ ਤੁਸਾਂ, ਕਿਉਂਕਿ ਚਾਰ ਦਰਜੇ ਹਨ ਮੁਤਤਕੀਆਂ ਦੇ, ਕੋਈ ਬਰਸਰ ਨਹੀਂ ਆ ਸਕਦਾ। ਮੌਲਵੀ ਫੇਲ ਹੋ ਜਾਂਦਾ, ਪੀਰ ਹੀ ਫੇਲ ਹੋ ਜਾਂਦਾ, ਸਦਰ ਹੀ ਫੇਲ ਹੋ ਜਾਂਦਾ, ਵਜ਼ੀਰ ਹੀ ਫੇਲ ਹੋ ਜਾਂਦਾ। ਜੇ ਸਾਡੇ ਦਾ ਸਦਰ ਉਂਝ ਹੀ ਹਰਾਮ ਦੇ ਹੋਏ, ਬਾਹਰ ਹਰ ਸਾਰੇ ਫੇਲ ਹੋ ਜਾਂਦੇ ਨੇ, ਇਹ ਕੋਈ ਵੀ ਤੋੜ ਚੜ ਸਕਦਾ। ਅਗਰ ਜੇਕਰ ਸੱਚ ਦਾ ਮਕਾਮ ਤੁਹਾਡੇ ਅੰਦਰ ਨਹੀਂ ਆਇਆ, ਜੇ ਤਕਵਾ ਇਖਤਿਆਰ ਕਰੋ, ਜੇ ਮੁਤਤਕੀ ਨਹੀਂ ਬਣ ਸਕਦੇ ਤਾਂ ਗੋਲ ਕੇ ਸੱਚਿਆਂ ਦੇ ਨਾਲ। ਅੱਲਾਹ ਪਾਕ ਕੁਰਾਨ ਵਿੱਚ ਮਸਲੇ ਵੀ ਆਨ ਕੀਤਾ, ਭਾਈ ਅੱਲਾਹ ਦੇ ਵਲੀ ਬਣੋ। ਅੱਲਾਹ ਦੇ ਜੇ ਵਲੀ ਨਹੀਂ ਬਣ ਸਕਦੇ ਤਾਂ ਵਲੀਆਂ ਦੇ ਪਿੱਛੇ ਤਾਂ ਟੁਰ ਪਾਓ, ਮੇਰਾ ਖਿਆਲ ਤੁਹਾਡੇ ਦਿੱਲੀ ਚੋ ਡਰ ਭਾਉ ਲਾਂਦਾ ਹੋਇਆ, ਏਡੇ ਗੁਨਾਹਗਾਰ ਆਏ ਤੇ ਏਡੇ ਕਰਤੂਤੀਆਂ ਆਏ ਤੇ ਏਡੇ ਸਫ਼ਰ ਕੱਟ ਆਏ ਤੇ ਕੀ ਬਣ ਸੀ ਤੇ ਕੀ ਨਾ ਬਣ ਸੀ। ਅੱਲਾਹ ਫਰਮਾਉਂਦਾ ਤੁਹਾਨੂੰ ਮੈਂ ਬਣਾ ਦੇਣਾ ਗੱਲ, ਹਜ਼ਾਰ ਸਾਲ 100 ਸਾਲ ਤੋਂ ਤੁਸੀਂ ਬਿਲਕੁਲ ਬੇਹਯਾ ਰਹੇ ਹੋ, ਹੱਤਾ ਕਿ ਬੇਹਯਾਈ ਕਰ ਕਰਕੇ ਥੱਕ ਗਏ ਹੋ, ਤੇ ਤੁਹਾਡੀ ਬੇਹਯਾਈ ਅਜੇ ਤੁਹਾਡੀ ਖਤਮ ਨਹੀਂ ਹੋਈ। ਟੁੱਕਰ ਦੇ ਪਿੱਛੇ ਚੋਰੀਆਂ ਕੀਤੀਆਂ ਨੇ, ਇੱਜ਼ਤ ਦੇ ਪਿੱਛੇ ਡਾਕੇ ਡਾਲੇ ਨੇ, ਸਭ ਕੁਝ ਕੀਤਾ ਹੈ, ਮਗਰ ਅਜੇ ਵੀ ਤੁਹਾਡੀ ਜੇਬ ਨਿਕਲੀ ਵਧੀ ਹੈ, ਹੋਠਾਂ ਤੋਂ ਬਾਹਰ ਤੁਹਾਡੀ ਜੜ ਪੂਰੀ ਨਹੀਂ ਪੱਕਦੀ। ਆਓ ਤੁਹਾਨੂੰ ਦੱਸੀਏ ਪੂਰੀ ਕਰਨ ਦਾ ਤਰੀਕਾ, ਸਾਰੇ ਜਹਾਨ ਨੂੰ ਛੋੜ ਦਿਓ ਤੇ ਮੇਰੇ ਮੁਹੰਮਦ ਦੇ ਸੱਚ ਦੇ ਪਿੱਛੇ ਲੱਗ ਜਾਓ। ਸੱਚ ਨੂੰ ਸੱਚ ਆਖਣਾ ਤੁਹਾਡਾ ਕੰਮ, ਆਪਣੀ ਯਾਰੀ ਦਾ ਪੱਕ ਬਣਾ ਦੇਣਾ ਮੇਰਾ। ਸੌਦਾ ਪੁੱਜਦਾ ਕਿ ਨਹੀਂ ਜੀ? ਹੱਥ ਖੜਾ ਕਰੋ ਜਿਹਨਾਂ ਨੂੰ ਨਹੀਂ ਪੁੱਜਦਾ। ਇਹ ਮੇਰਾ ਪਾਕ ਪੈਗੰਬਰ, ਆ ਮੈਂ ਤੈਨੂੰ ਰਸੂਲਾਂ ਦੀ ਸੱਚੀ ਜ਼ਬਾਨ ਦਾ ਹਾਲ ਸੁਣਾਵਾਂ। ਰਸੂਲ ਜਦਾਂ ਬੁਲੈਂਦੇ ਨੇ ਸੱਚ ਬੁਲੈਂਦੇ, ਰਸੂਲ ਦੀ ਜ਼ਬਾਨ ਤੇ ਝੂਠ ਨਹੀਂ ਆਉਂਦਾ। ਉਸ ਰਿਵਾਇਤ ਖੜਨ ਵਾਲੇ ਤੇ ਵੀ ਲਾਨਾ ਤੇ ਜਿਹੜਾ ਦਾ ਤ੍ਰੈ ਝੂਠ ਇਬਰਾਹੀਮ ਅਲੈਹਿਸ ਸਲਾਮ ਨੇ ਬੋਲੇ। ਕਈ ਸਮਝ ਆਉਂਦੀ ਪਈ? ਉਹ ਕੋ ਪਤਾ ਲੱਗਦਾ ਪਏ ਹਉ ਲੋਲ ਚੰਗਾ ਸੋਚ। ਅੱਲਾ ਦੇ ਪੈਗੰਬਰ ਦੀ ਜ਼ਬਾਨ ਤੇ ਝੂਠ ਕਦੇ, ਤੇ ਅੱਲਾ ਫਰਮਾਉਂਦਾ ਕਿਵੇਂ ਆਵੇ ਮੈਂ ਤਾਦਾ ਕੀ ਲਈ ਗੱਲ ਕਰਕੇ ਹਟਦਾ ਹੈ ਤੇ ਤਾਂ ਅੱਲਾ ਤਸਦੀਕ ਕਰਦਾ ਹੈ, ਮਗਰ ਮੇਰੇ ਮੁਹੰਮਦ ਦੇ ਸੱਚ ਦੇ ਵੇਖੋ ਅਜੇ ਗੱਲ ਹੋਈ ਵੀ ਨਹੀਂ। ਹੋਠ ਹਲਦੇ ਪਏ ਨੇ, ਅੱਲਾ ਫਰਮਾਉਂਦਾ ਓ ਫਰਿਸ਼ਤੇ ਓ ਮੈਨੂੰ ਮੁਹੰਮਦ ਦੇ ਹੋਠਾਂ ਹਲਾਇਆ ਦੀ ਕਸਮ। ਇਸ ਵਾਸਤੇ ਅੱਲਾ ਕਰੀਮ ਫਰਮਾਉਂਦੇ ਆਓ ਮੈਂ ਤੁਹਾਨੂੰ ਰਸੂਲਾਂ ਦੇ ਸੱਚੇ ਬੋਲ ਸੁਣਾਈ। ਰਸੂਲ ਜਦਾਂ ਵੀ ਬੋਲੇ ਸੀ ਸੱਚ ਬੋਲੇ ਸੀ, ਰਸੂਲ ਦਾ ਦੁਸ਼ਮਣ ਜਦਾਂ ਵੀ ਬੋਲੇ ਸੀ ਝੂਠ ਬੋਲੇ ਸੀ। ਇਹ ਹੋਰ ਕੋਈ ਔਖਾ ਕੰਮ ਤਾਂ ਕੋਈ ਨਹੀਂ, ਇੱਕ ਪਾਸੇ ਸੱਚ ਇੱਕ ਪਾਸੇ ਤੇ ਵੱਧ ਇਹਨਾਂ ਦੀ ਲੜਾਈ ਕਾਹੀ ਨਹੀਂ। ਬੰਦਾ ਤਵੱਜੋ ਚ ਕਰੇ ਕਿ ਜਿਹਦੇ ਅੱਲਾ ਦੇ ਪੈਗੰਬਰ ਦਾ ਸੱਚ ਨਾ ਉਧਰ ਅੱਲਾ ਨੂੰ ਆਖਿਆ ਅੱਲਾ ਸਾਈਆ ਤੂੰ ਆਖਿਆ ਕੂਨੂ ਮਾ ਸਾਦਿਕੀਨ, ਜੇ ਮੁਤਤਕੀ ਮੁਕੰਮਲ ਨਹੀਂ ਬਣ ਸਕਦੇ ਤਾਂ ਸੱਚਿਆਂ ਦੇ ਸੰਗ ਤਰਲ ਵਜੋ। ਮੈਂ ਹਾਂ ਤਾਂ ਛਿੜਿਆ ਪੁੱਛਿਆ, ਹਾਂ ਤਾਂ ਮੈਂ ਗੁਨਾਹਗਾਰ, ਪਰ ਮੇਰੇ ਦਿਲ ਦੀ ਤਮੰਨਾ ਹੈ ਕਿ ਮੈਨੂੰ ਰਸੂਲ ਨੂੰ ਰਸੂਲ ਪਾਕ ਦੇ ਸੱਚੇ ਗੁਲਾਮਾਂ ਦੇ ਨਾਲ ਨਾਲ
شعور. اللہ فرمانا لا یشقا جلیسہم، میرا قانون ہے جڑا سچیاں دے نال رل گیا ہے میں انہاں دے کور سارے ختم کر کے سچیاں والے درجے عطا کر دیتا. نعرہ تکبیر اللہ محمد سعید خان صاحب ملتانی. اچھا اللہ کریم فرماندے آتم دسی میرے رسول کیڈے سچے ہوندن، ہے کہ نہیں جو رسول ہے او سب سچے تو سچا رسول ہے، تے سارا جہان وی جڑا میں سچ دے اوتے قائم کیتا ہے. ما خلقنا السماوات والارض وما بینہما زمین ٹھہرایا تھا سچ واسطے، کائنات نو بنایا تھا سچ واسطے، کائنات اندر انداز تے موسم بدلیاں تھا سچ واسطے، کائنات نظام نو صحیح کرن واسطے پیغمبر بنایا تھا سچ واسطے، کھرے تے کھوٹے دے امتیاز کرن واسطے بنایا تھا سچ واسطے. اس وقت لوگوں کو نو ما صادقی پک لگو سچیا رل وجے آئے چڑا تا رل وجنا میں محفل چی برکت ہے کہ اللہ تعالی بندہ فرشتہ تو بھی مقام زیادہ بڑا. اللہ پاک آیا تم پیغمبر کی زبان کا سچ دے مقابلے چکور کی گل نہیں سنیا. اللہ فرماندا یوم یجمع اللہ الرسل، جس دن اللہ رسول سارے اکٹھا کرے سی، کیڑے دیہاڑے؟ کیا پتہ، جس دیہاڑے سارے رسول اکٹھا کرے سی، عیسیٰ علیہ السلام نو تھوڑا جہا سائڈ تے پریڑے کر کے کھلار دے سی، عیسیٰ علیہ السلام نو آکھ سی بنی اسرائیلیاں دا توں آخری رسول ہے تے پوری دنیا دا آخری رسول میرا محمد ہے، میرا محمد صف دے پہلا سیرا بن کے کھلو جی. عیسیٰ علیہ السلام نال وکھرے اللہ پاک گل کرن واسطے آسی، تو ایک سائڈ تے کھلو، تیریاں میریاں گلاں وکھریاں ہونیاں، کیوں جو تیرے اُتے بھنڈیاں پون، تیرے اُتے بدنامیاں بڑیاں لگیاں ہویاں، تینوں بھوکن والے پھیرن، اس وقت میں نروار کرنا تے تیری زبانی گلاں کراونیاں. سارے رسولوں اللہ پاک کٹھا کرنا ہے. عیسیٰ علیہ السلام ایک پیغمبر جڑا ہے، عیسیٰ ابن مریم، عیسیٰ علیہ السلام جڑا روح اللہ ہے جنو لوگ ابن اللہ دیان، جنو اللہ کریم کلمت اللہ کہیا ہے، او ایک پاسے ہونا ہے سائیڈ دے اوتے، اللہ دے پاک رسول باقی سارے اپنی جگہ تے کھڑے ہیں، سارے دا سہرا بن کے محمد رسول اللہ کھلا ہے. تاج اللہ فرماسی مادا دنیا چی سچ بولے آئے، دنیا دے لوگ تانوں کوڑا کوڑا دیاں، اج میں اے نروار وی کرنا ہے، میں اپنے دربار دے کٹہرے دے اندر تانوں کھڑا کیتا ہے، او وی آویں مینوں ہڑیا. اللہ فرماندا ہے والا نہ سوالا میں رسول اللہ تو بھی پوچھنا ہے،
ਤੇ ਜਿਨ੍ਹਾਂ ਦੇ ਰਸੂਲ ਭੇਜੇ ਉਹਨਾਂ ਕੋਲੋਂ ਵੀ ਪੁੱਛਣਾ ਹੈ, ਆਓ ਮੇਰੇ ਰਸੂਲੋ ਪਹਿਲੇ ਮੈਂ ਤੁਹਾਡੇ ਕੋਲੋਂ ਪੁੱਛਣਾ ਤੇ ਗੱਲ ਕਰਨਾ, ਤੁਹਾਡੀ ਜ਼ਬਾਨ ਵਿੱਚੋਂ ਮੈਂ ਬੁਲਵਾਈਨਾ ਤਾਂ ਕਿ ਕੂੜਿਆਂ ਦਾ ਮੂੰਹ ਕਾਲਾ ਨੀ ਤੇ ਆਖੇ ਕਿ ਵਾਕਈ ਦੁਨੀਆਂ 'ਚ ਜਿਵੇਂ ਸੱਚ ਬੋਲਦੇ ਆ ਉਹਨਾਂ ਦੇ ਅੱਲਾ ਦੇ ਦਰਬਾਰ 'ਚ ਵੀ ਸੱਚ ਬੋਲਦੇ। اللہ کریم فرمائے مادا اجب تم، او میرے رسول، او میرے نبی، او میرے پیغمبر، او دیکھو اے اے کھلوتے مارکا وچو پارٹی اے کھلوتے دن ہاولا نظر جڑی گل کرے تے کھلے نو میرے رسولو میں تیرے کولو پوچھنا ماذا رسول کو ناراض ہوئے جدہ رسول کے سچ کوئی شک پیدا ہے وہ بھی مولوی ہوتی ہے جو شیطانی ویک سو مولوی تے پیر دی ہویا تھا اپنے آپ نو بڑھنا ات قرآن دی تاریخ تے پڑھو فرعون نو فرعون بنایا تے مولوی تے پیر بنایا، نمرود نو نمرود بنایا تے مولوی تے پیر بنایا، شداد تے حامان نو جی ڈکٹیٹر بنایا تھا مولوی تے پیر، تے زرداری سور نو بنایا تے مولوی تے پیر، کوئی نہ چلو ہو سکتا ہے کدے اپنے آپ اس واسطے مولوی واسطے دعا کرو جی دوے واسطے نہ کرو پھیرے واسطے دعا کرو اللہ مینو اس کھاتے چو گڈی رکھے یقین تو مینو ہن ہو گیا جو اس کھاتے چو میں نہ نکلا ہاں تے جے نہیں چو رب نکل